ਸੁਰਿੰਦਰਪ੍ਰੀਤ ਸਿੰਘ ਘਰਿਆਲਾ ਅੱਜ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਤੁਹਾਡੇ ਰੂਬਰੂ ਆਏ ਆ। ਹੁਣ ਤੱਕ ਰੂਪ ਸਰੂਪ ਬਦਲ ਚੁੱਕਾ ਆ ਦੋਸਤੋ। ਅੱਜ ਗੱਲ ਕਰਦੇ ਆ ਪੱਟੀ ਹਲਕੇ ਦੀ, ਤੇ ਪੱਟੀ ਹਲਕਾ ਪੱਟੀ ਸ਼ਹਿਰ ਬਾਰੇ ਕੌਣ ਪੰਜਾਬੀ ਨਹੀਂ ਜਾਣਦਾ। ਜਦੋਂ ਆਪਾਂ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਪੜ੍ਹਦੇ ਆ ਤੇ ਪੱਟੀ ਸ਼ਹਿਰ ਦਾ ਨਾਮ ਸਾਹਮਣੇ ਆਉਂਦਾ ਆ, ਤੇ ਉਥੋਂ ਦੇ MLA ਨੇ ਹਰਮਿੰਦਰ ਸਿੰਘ ਗਿੱਲ ਜੀ ਅੱਜ ਕੁਝ ਕੁ ਸਵਾਲ ਪੁੱਛਣੇ ਆ ਉਹਨਾਂ ਨੂੰ ਇੱਜ਼ਤ ਦੇ ਨਾਲ, ਤੇ ਆਸ ਆ ਕਿ ਉਹ ਇਹਨਾਂ ਦੇ ਜਵਾਬ ਦੇਣਗੇ। ਤੇ ਤੁਹਾਡੇ ਸਾਹਮਣੇ ਵੀ ਮੈਂ ਇੱਥੋਂ ਦੇ ਹਾਲਾਤ ਕੀ ਨੇ ਉਹ ਸਾਹਮਣੇ ਤੁਹਾਡੇ ਪੇਸ਼ ਕਰ ਰਿਹਾ। ਇਹਦੇ ਵਿੱਚ 0% ਵੀ, ਇੱਕ ਚਲੋ 1% ਵੀ ਜੇ ਝੂਠ ਹੋਵੇ ਤੇ ਮੈਂ ਇਸ ਚੀਜ਼ ਦੇ ਦੇਣਦਾਰ ਹੋਊਂਗਾ। ਦੋਸਤੋ ਮੈਂ ਤੁਹਾਨੂੰ ਦੱਸਾਂ ਕਿ ਪੱਟੀ ਸ਼ਹਿਰ ਦੇ ਵਿੱਚ ਕੀ ਕੀ ਚੱਲ ਰਿਹਾ ਇਸ ਵਕਤ ਤੇ ਵਜ੍ਹਾ ਕੀ ਕੀ ਆ, ਤੇ ਸਾਡੇ MLA ਨੂੰ ਪਤਾ ਜਾਂ ਨਹੀਂ ਪਤਾ ਉਹ ਵੀ ਆਪਾਂ ਗੱਲ ਕਰਦੇ ਹਾਂ। ਪੱਟੀ ਸ਼ਹਿਰ ਦੇ ਵਿੱਚ ਇੱਕ 4 ਵਾਰਡ ਆ ਜਾਂ ਜਿਹਨੂੰ 6 ਵਾਰਡ 4 ਵਾਰਡ ਕਹਿੰਦੇ ਆ, ਬੇਦੀ MC ਵਾਲੀ ਗਲੀ। ਜੇ ਤੇ ਜਿਹੜੇ ਮੇਰੇ ਵੀਰ ਚਿੱਟਾ ਲਾਉਂਦੇ ਉਹਨਾਂ ਲਈ ਮੈਂ ਇੱਕ ਖੁਸ਼ਖਬਰੀ ਵੀ ਆ ਕਿ ਜੇ ਤੁਹਾਨੂੰ ਕਿਤੋਂ ਵੀ ਨਹੀਂ ਮਿਲਦਾ ਤੇ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਫੋਨ ਕਰਨਾ ਪਊਗਾ ਜਾਂ ਕੁਛ ਕਰਨਾ ਪਊਗਾ। ਤੁਸੀਂ ਪੱਟੀ 6 ਜਾਂ 4 ਵਾਰਡ ਦੇ ਵਿੱਚ ਜਾਣਾ ਆ, ਗਲੀ ਦੇ ਅੱਧ ਦੇ ਵਿਚਕਾਰ ਮੋਟਰਸਾਈਕਲ ਤੁਸੀਂ ਜਾਂ ਜਿਸ ਥਾਂ ਤੇ ਵੀ ਜਾਂਦੇ ਆ ਪਰ ਮੋਟਰਸਾਈਕਲ ਜਾਣਾ ਜ਼ਰੂਰੀ ਆ, ਗੱਡੀ ਉਹ ਅਲਾਓ ਨਹੀਂ ਕਰਦੇ ਉੱਥੋਂ ਦੇ ਸਾਡੇ ਜਿਹੜੇ ਸਮਗਲਰ ਵੀਰ ਆ। ਤੁਸੀਂ ਮੋਟਰਸਾਈਕਲ ਤੇ ਜਾਂਦੇ ਆ, ਤੁਸੀਂ ਉੱਥੇ ਜਾ ਕੇ ਮੋਟਰਸਾਈਕਲ ਖੜਾ ਕਰਨਾ ਹੈ, ਤੁਹਾਡੇ ਲਾਗੇ ਲਾਗੇ ਘੱਟੋ ਘੱਟ 7, 8, 10 ਜਾਣੇ ਬੰਦੇ ਆ ਜਿਹੜੇ ਖੜੇ ਹੋ ਜਾਣਗੇ ਆ ਕੇ। ਉਹਨਾਂ ਨੇ 500-500 ਦੇ ਜਿਹਨਾਂ ਨੂੰ ਨਗ ਕਹਿੰਦੇ ਆ, ਮੈਂ 5-6 ਮਹੀਨੇ ਉੱਥੇ ਰਹਿ ਕੇ ਆਇਆ, ਦੇਖ ਕੇ ਆਇਆ ਚੰਗੀ ਤਰ੍ਹਾਂ। ਇਹ ਗੱਲ ਕਰਦੇ ਆ ਹਾਸਾ ਆਉਂਦਾ ਆ ਪਰ ਬੜਾ ਦੁੱਖ ਹੈ ਇਸ ਗੱਲ ਦਾ ਕਿ ਉੱਥੇ ਤੁਸੀਂ ਜਾਣੇ ਹੋ, ਤੁਹਾਨੂੰ ਸ਼ਰੇਆਮ ਚਿੱਟਾ ਮਿਲੂਗਾ, ਕੋਈ ਨਹੀਂ ਤੁਹਾਨੂੰ ਪੁੱਛੂਗਾ ਤੂੰ ਕੌਣ ਆ, ਕਿੱਦਾਂ, ਕਿਵੇਂ ਆ, ਤੂੰ ਮੁਲਾਜ਼ਮ ਤਾਂ ਨਹੀਂ ਆ। ਪੱਟੀ ਦੇ ਵਿੱਚ ਇੰਨਾ ਕੁ ਗੰਦ ਪੈ ਚੁੱਕਾ, ਸ਼ੁਰੂਆਤ ਵੀ ਪੱਟੀ ਤੋਂ ਹੋਈ ਸੀ ਚਿੱਟੇ ਦੀ, ਤੇ ਪਰ ਪਹਿਲਾਂ ਥੋੜਾ ਬਹੁਤਾ ਪੁੱਛ ਗਿੱਛ ਜਿੰਨਾ ਗਿੱਲ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਵਾਂਗੇ, ਅਸੀਂ ਨਸ਼ਾ ਖਤਮ ਕਰ ਦਿਆਂਗੇ। ਮੈਂ ਉਹਨਾਂ ਦਾ ਜਿੱਦਣ ਉਹ MLA ਬਣੇ ਆ ਭਾਸ਼ਣ ਸੁਣਿਆ, ਲਾਜਵਾਬ ਸੀ, ਮੈਂ ਫੈਨ ਹੋ ਗਿਆ ਉਹਨਾਂ ਦਾ। ਪਰ ਆਹ ਗੱਲ ਹੋਣੇ ਆ ਜਿਹੜੀ ਉਹ ਲਾਂਤ ਵਾਲੀ ਬਣੀ ਪਈ ਆ। ਮੈਂ ਗਿੱਲ ਸਾਹਿਬ ਦੇ ਖਿਲਾਫ ਬੋਲਿਆ ਨਹੀਂ ਸੀ, ਮੇਰੇ ਇੱਕ ਸਤਿਕਾਰਯੋਗ ਵੀਰ ਆ ਅਵਤਾਰ ਸਿੰਘ ਧਾਰੀਵਾਲ ਕੈਨੇਡਾ ਤੋਂ, ਮੈਂ ਉਹਨਾਂ ਦੇ ਮੂੰਹ ਇਹਨਾਂ ਦੀਆਂ ਸਿਫਤਾਂ ਸੁਣੀਆਂ ਤੇ ਥੋੜਾ ਮੇਰੇ ਮਾਇੰਡ 'ਚ ਆਇਆ। ਪਰ ਲੇਕਿਨ ਨਹੀਂ, ਮੈਂ ਜੋ ਕੁਛ ਦੇਖਿਆ ਆਪਣੇ ਅੱਖੀਂ, ਇੰਨਾ ਕੁ ਸ਼ਰੇਆਮ ਚਿੱਟਾ ਪੱਟੀ ਦੇ ਵਿੱਚ 4 ਵਾਰਡ ਜਾਂ 6 ਵਾਰਡ 5 ਵਾਰਡ ਉੱਥੇ ਤੁਸੀਂ ਜਾਂਦੇ ਆ ਜਿੱਥੇ ਲਿਖਿਆ ਬੇਦੀ MC ਵਾਲੀ ਗਲੀ, ਤੁਸੀਂ ਅੱਧ ਦੇ ਵਿੱਚ ਜੇ ਕਿਸੇ ਨੇ ਪਰਖਣਾ ਹੋਵੇ ਪਰਖ ਕੇ ਦੇਖ ਲਿਓ, ਕੋਈ ਨਹੀਂ ਤੁਹਾਨੂੰ ਪੁੱਛੂਗਾ ਤੁਸੀਂ ਕੌਣ ਹੋ, ਕਿਉਂ ਆਏ ਹੋ। ਤੁਹਾਡੇ ਦੁਆਲੇ 4-5 ਬੰਦੇ ਖੜੇ ਹੋਣਗੇ ਤੇ ਨਾਬਾਲਗ ਬੰਦਿਆਂ ਤੋਂ ਚਿੱਟਾ ਵਗਾਇਆ ਜਾਂਦਾ, ਜਿਹੜਾ ਪਿੱਛੇ ਵੇਚਣ ਵਾਲਾ ਉਹ ਪਿੱਛੇ ਖੜਾ ਹੁੰਦਾ, ਤੇ ਮੇਰੇ ਕੋਲ 17 ਬੰਦਿਆਂ ਦੀ ਲਿਸਟ ਆ, ਰਿਕਾਰਡਿੰਗ ਆ। ਜੇ ਮੈਂ ਝੂਠਾ ਹੁੰਦਾ ਆ, ਮੈਂ ਸਾਰੇ ਆਪਣੇ ਸੋਸ਼ਲ ਮੀਡੀਆ ਵਰਤਣ ਵਾਲੇ ਵੀਰਾਂ ਨੂੰ ਕਹਿੰਦਾ ਕਿ ਜੇ ਮੈਂ ਇਸ ਗੱਲ ਦੇ ਵਿੱਚ ਝੂਠਾ ਹੁੰਦਾ, ਜੇ ਮੈਂ ਉਹਨਾਂ ਜੇ ਸਾਡੀ ਪੁਲਿਸ ਉਹਨਾਂ ਦੀ ਰਿਕਾਰਡਿੰਗ ਚੈੱਕ ਕਰਵਾ ਲਏ, ਜੇ ਉਹ ਨਾ ਝੂਠੇ ਨਿਕਲਣ, ਲੇਕਿਨ ਰਿਕਾਰਡਿੰਗ ਕਿੱਦਾਂ, ਰਿਕਾਰਡਿੰਗ ਪੁਲਿਸ ਕਿਉਂ ਚੈੱਕ ਕਰਾਊਗੀ। ਪੁਲਿਸ ਨੇ ਇੱਕ ਬੰਦਾ ਫੜਿਆ, ਇੱਕ ਦਿਨ 80 ਗ੍ਰਾਮ ਸਮਾਨ ਫੜਿਆ, ਉਹਦੇ ਕੋਲੋਂ 60,000 ਰੁਪਇਆ ਲਿਆ, ਨੈਕਸਟ ਡੇ ਉਹ ਤੋਂ 80,000 ਰੁਪਇਆ ਲਿਆ। ਪੱਟੀ ਦੀ ਪੁਲਿਸ, ਤੁਸੀਂ ਸੁਣ ਲਓ ਕਿ ਪਹਿਲਾਂ ਇੱਦਾਂ ਸੀ, ਜਿਹੜਾ ਪਹਿਲਾ ਰਾਜ ਸੀ ਉਹਦੇ ਵਿੱਚ ਉਹਨਾਂ ਦਾ ਜਿੱਦਾਂ ਕੰਮ ਚੱਲ ਰਿਹਾ ਸੀ, ਚਲਾਈ ਜਾਂਦੇ ਸੀ ਪੈਸੇ ਲੈ ਕੇ, ਹੁਣ ਦੂਸਰੀ ਸਰਕਾਰ ਆਈ ਆ ਨਾਲ ਉਹਨਾਂ ਦੇ ਗਾਹਕ ਹੋਰ ਵੱਧ ਗਏ ਆ, ਤੇ ਇਸ ਵਕਤ ਪੁਲਿਸ ਦੀ ਗੁੰਡਾਗਰਦੀ, ਮੈਂ ਇਹ ਕਹੂੰਗਾ ਪੱਟੀ ਸ਼ਹਿਰ ਦੇ ਵਿੱਚ ਪੁਲਿਸ ਦੀ ਇੰਨਾ ਕੁ ਗੁੰਡਾਗਰਦੀ ਵੱਧ ਗਈ ਆ, ਕਿਸੇ ਨੂੰ ਉਹ ਸੁਣਦੇ ਗਿਣਦੇ ਨਹੀਂ ਆ। ਲੱਖਾਂ ਰੁਪਈਆ ਜਿਹੜੀ ਪੁਲਿਸ ਆ ਪੱਟੀ ਸ਼ਹਿਰ ਦੀ ਪੁਲਿਸ, ਥਾਣਾ ਸਦਰ ਦਾ ਜਿਹੜਾ ਹੈਗਾ ਆ ਮੇਰੇ ਖਿਆਲ ਨਾਲ SHO ਸਾਹਿਬ ਰਜੇਸ਼ ਕੱਕੜ ਜੀ, ਸੈਦੋ ਤੋਂ ਉਹ ਚਿੱਟਾ ਵੇਚਣ ਵਾਲਿਆਂ ਤੋਂ ਮਹੀਨੇ ਬਾਅਦ ਉਹ ਪੈਸੇ ਲੈਂਦੇ ਨੇ, 50,000 ਲੈਂਦੇ ਨੇ, 1,00,000 ਲੈਂਦੇ, ਕਿਉਂਕਿ ਉਹਨਾਂ ਦਾ ਵੱਡੇ ਪੱਧਰ ਤੇ ਕੰਮ, ਰਜੇਸ਼ ਕੱਕੜ ਪੈਸੇ ਲੈਂਦਾ ਆ। ਜੇ ਰਜੇਸ਼ ਕੱਕੜ ਪੈਸੇ ਨਹੀਂ ਲੈਂਦਾ, ਇਹ ਸਾਬਤ ਕੋਈ ਕਰਦੇ, ਮੈਂ ਤੁਹਾਨੂੰ ਸਾਬਤ ਕਰਕੇ ਦਿਖਾਊਂਗਾ ਰਜੇਸ਼ ਕੱਕੜ ਪੈਸੇ ਲੈਂਦਾ। ਜੇ ਰਜੇਸ਼ ਕੱਕੜ ਪੈਸੇ ਨਹੀਂ ਲੈਂਦਾ, ਮੈਂ ਆਪਦੀ ਗਰਦਨ ਕਟਵਾ ਦੂੰ। ਤੇ ਰਜੇਸ਼ ਕੱਕੜ ਨੂੰ ਕਹੋ ਬੋਲੇ ਕਿ ਜੇ ਉਹ ਪੈਸੇ, ਉਹ ਕਹਿ ਦੇ ਕਿ ਮੈਂ ਪੈਸੇ ਨਹੀਂ ਲੈਂਦਾ ਤੇ ਸਾਬਤ ਕਰਕੇ ਦਿਖਾ ਦੇ, ਤਾਂ ਵੀ ਮੈਂ ਆਪਣੀ ਗਰਦਨ ਕਟਵਾਊਂਗਾ। ਦੋਸਤੋ ਇੰਨੀ ਕੁ ਜ਼ਿਆਦਾ ਪੱਟੀ ਸ਼ਹਿਰ ਦੇ ਵਿੱਚ, ਤੇ ਹੁਣ MLA ਨੇ ਹਰਮਿੰਦਰ ਸਿੰਘ ਗਿੱਲ ਜੀ, ਹੁਣ ਮੈਂ ਇਹ ਗੱਲ ਕਹੂੰਗਾ ਕਿ ਇੱਕ ਗਲੀ ਦੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਤੇ ਕੀ MLA ਨੂੰ ਪਤਾ? ਗਿੱਲ ਸਾਹਿਬ ਜੀ, ਤੁਹਾਡੇ ਤੋਂ ਸਤਿਕਾਰ ਦੇ ਨਾਲ ਪਹਿਲੀ ਵਾਰ ਆਪਣੀ ਗੱਲ, ਮਤਲਬ ਮੈਂ ਤੁਹਾਨੂੰ ਕੁਛ ਪੁੱਛ ਰਿਹਾ ਕਿ ਤੁਹਾਨੂੰ ਪਤਾ ਨਹੀਂ ਉੱਥੇ ਚਿੱਟਾ ਵਿਕ ਰਿਹਾ? ਇੱਕ ਇੰਨਾ ਵੱਡਾ ਡਰੱਗ ਜਿਹਨੂੰ ਕਰੋੜਾਂ ਦੇ ਵਿੱਚ ਲਿਆ ਜਾਂਦਾ, ਵੀ ਇੱਕ ਕਹਿੰਦੇ ਕਿ 1 ਕਿਲੋ ਕਰੋੜਾਂ ਦੇ ਨਾਲ ਆ, ਉਹ ਨਸ਼ਾ ਵਿਕ ਰਿਹਾ ਤੇ MLA ਨੂੰ ਪਤਾ ਨਾ ਹੋਵੇ? ਲੱਖ ਲਾਣਤ MLA ਨੂੰ ਪਤਾ ਹੀ ਨਹੀਂ ਗਾ ਉਹ MLA ਕਾਹਦਾ ਹੈ। ਦੂਸਰੀ ਗੱਲ, ਜੇ MLA ਕਹਿੰਦਾ ਮੈਨੂੰ ਪਤਾ ਆ ਤੇ ਪੁਲਿਸ ਉਹਦੇ ਆਖੇ ਨਹੀਂ ਲੱਗਦੀ, ਫਿਰ ਉਹ ਕਾਹਦਾ MLA ਅਸਤੀਫਾ ਕਿਉਂ ਨਹੀਂ ਦਿੰਦਾ ਉਹ? ਤੁਸੀਂ ਗਿੱਲ ਸਾਹਿਬ ਇੱਕ ਬਹਾਨਾ ਦੱਸਿਓ ਆਪਦਾ, ਕੀ ਤੁਹਾਨੂੰ ਪਤਾ ਨਹੀਂ? ਜੇ ਤੁਹਾਨੂੰ ਪਤਾ ਨਹੀਂ ਤੁਸੀਂ MLA ਹੋ ਹੀ ਨਹੀਂ ਸਕਦੇ।
ਤੁਸੀਂ ਵੋਟਾਂ ਦੀ ਖਾਤਰ ਚਿੱਟਾ ਵਕਾਉਣੇ ਆ। ਜੇ ਪੁਲਿਸ ਤੁਹਾਡੇ ਆਖੇ ਨਹੀਂ ਲੱਗਦੀ, ਇਹਦਾ ਮਤਲਬ ਆ ਤੁਸੀਂ ਝੂਠੇ ਪਰਚੇ ਲੋਕਾਂ ਦੇ ਕਰਵਾਉਣ ਦੀ ਖਾਤਰ ਪੁਲਿਸ ਦੇ ਥੱਲੇ ਲੱਗੇ ਆ। ਤੁਸੀਂ ਇੱਕ ਗੱਲ ਦਾ ਜਵਾਬ ਦੇਣਾ ਕਿ ਮੈਂ ਉੱਥੇ ਚਿੱਟਾ ਵਿਕਣ ਦਾ ਕਾਰਨ ਕੀ ਆ। ਕਿਹਨੂੰ ਨਹੀਂ ਪਤਾ, ਪੱਟੀ ਸ਼ਹਿਰ ਦਾ ਇੱਕ ਵਾਸੀ ਮੈਨੂੰ ਕਹਿ ਦੇ ਕਿ ਉੱਥੇ ਚਿੱਟਾ ਨਹੀਂ ਵਿਕਦਾ ਤੇ ਸਾਬਤ ਕਰ ਦੇ, ਤੇ ਮੈਂ ਤੁਹਾਡਾ ਸਾਰਿਆਂ ਦਾ ਦੇਣਦਾਰ ਹੋਊਂਗਾ। ਸੋ ਦੋਸਤੋ, ਪੱਟੀ ਸ਼ਹਿਰ ਦੇ ਵਿੱਚ ਜੋ ਹਾਂ ਚੋਰੀ ਡਾਕੇ ਡਕੈਤੀਆਂ ਇੰਨੀਆਂ ਕੁ ਵੱਧ ਗਈਆਂ, ਸਾਰਾ ਰੀਜ਼ਨ ਕੀ ਆ? ਨਸ਼ਾ। ਮੇਰੇ ਕੋਲ ਜਿਹੜੇ ਮਤਲਬ ਮੋਟਰਸਾਈਕਲ ਚੋਰੀ ਕਰਦੇ ਨੇ, ਜਿੱਦਾਂ ਇੱਕ ਥਾਣੇ ਦੇ ਵਿੱਚੋਂ ਮੋਟਰਸਾਈਕਲ ਚੋਰੀ ਹੋਇਆ, ਕਿਹੜੇ ਬੰਦੇ ਨੇ ਕੀਤਾ, ਉਹਦੀਆਂ ਰਿਕਾਰਡਿੰਗਸ ਮੇਰੇ ਕੋਲ ਮੌਜੂਦ ਨੇ, ਲੇਕਿਨ ਕਾਰਵਾਈ ਨਹੀਂ ਕਰਨੀ ਕਿਸੇ ਨੇ। ਪੁਲਿਸ ਉੱਥੋਂ ਦੀ ਜਿਹੜੀ ਪੱਟੀ ਹਲਕੇ ਦੇ ਵਿੱਚ ਇਸ ਵਕਤ ਪੁਲਿਸ ਆ, ਮੈਂ SSP ਸਾਹਿਬ ਦਾ ਜੇ ਨਾਂ ਨਾ ਲਵਾਂ, ਮੈਂ ਇਹ ਮੰਨ ਲੈਂਦਾ ਕਿ SSP ਸਾਹਿਬ ਤੁਹਾਨੂੰ ਪਤਾ ਨਹੀਂ। ਇੱਕ ਮੌਕਾ ਤੁਹਾਡੇ ਲਈ, ਲੇਕਿਨ ਅੱਜ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਪੁਲਿਸ ਇੰਨੀ ਕੁ ਭ੍ਰਿਸ਼ਟ ਹੋ ਚੁੱਕੀ ਪੱਟੀ ਦੇ ਵਿੱਚ, ਪੱਟੀ ਸ਼ਹਿਰ ਦੇ ਵਿੱਚ। ਯਾਰ ਇੱਕ ਗਲੀ ਦੇ ਵਿੱਚ ਸ਼ਰੇਆਮ ਚਿੱਟਾ ਵੇਖਦਾ, ਤੁਸੀਂ ਉੱਥੇ ਦੋ ਮੁਲਾਜ਼ਮ ਨਹੀਂ ਖੜੇ ਕਰ ਸਕਦੇ? ਤੁਹਾਨੂੰ ਕਾਹਦੇ ਵਾਸਤੇ 30-30, 40-40 ਹਜ਼ਾਰ ਤੁਹਾਨੂੰ ਜਿਹੜੀ ਸੈਲਰੀ ਮਿਲਦੀ ਹੈ ਉਹ ਕਾਹਦੇ ਵਾਸਤੇ ਮਿਲਦੀ ਹੈ? ਤੇ ਬਾਕੀ ਹਰਮਿੰਦਰ ਸਿੰਘ ਗਿੱਲ ਜੀ, ਤੁਸੀਂ ਇਸ ਗੱਲ ਦਾ ਜਵਾਬ ਦੇਣਾ ਆ ਵੀ ਉੱਥੇ ਚਿੱਟਾ ਵੇਖਦਾ ਆ ਉਹ। ਚਲੋ ਜਾਂ ਤੁਹਾਨੂੰ ਨਹੀਂ ਪਤਾ, ਫਿਰ ਵੀ ਤੁਸੀਂ MLA ਨਹੀਂ, ਤੁਸੀਂ ਪੱਟੀ ਸ਼ਹਿਰ ਦੇ MLA ਹੋ। ਇੱਕ ਗਲੀ ਦੇ ਵਿੱਚ ਸ਼ਰੇਆਮ ਏਡਾ ਵੱਡਾ ਕ੍ਰਾਈਮ ਹੋ ਰਿਹਾ, ਤੁਹਾਨੂੰ ਪਤਾ ਨਹੀਂ? ਜੇ ਤੁਸੀਂ ਕਹਿੰਦੇ ਪਤਾ ਨਹੀਂ, ਤੁਸੀਂ ਤਾਂ ਵੀ MLA ਨਹੀਂ। ਜੇ ਤੁਸੀਂ ਕਹਿੰਦੇ ਹੋ ਪੁਲਿਸ ਮੇਰੇ ਆਖੇ ਨਹੀਂ ਲੱਗਦੀ, ਇੱਕ MLA ਦੇ ਪੁਲਿਸ ਆਖੇ ਨਾ ਲੱਗੇ, ਤੁਸੀਂ ਤਾਂ ਵੀ MLA ਨਹੀਂ ਹੋ। ਤੇ ਜੇ ਤੁਸੀਂ ਸ਼ਰੇਆਮ ਸਾਰਾ ਕੁਛ ਵਕਾਉਣੇ ਹੋ, ਤੁਸੀਂ ਪੰਜਾਬੀਆਂ ਦੇ ਗਦਾਰ ਹੋ, ਜਿਹੜਾ ਕਰਕੇ ਜੇ ਉਹ ਸੋਚ ਕੇ ਤੁਹਾਨੂੰ ਵੋਟਾਂ ਪਾਈਆਂ ਪੱਟੀ ਹਲਕੇ ਦੇ ਲੋਕਾਂ ਨੇ, ਤੇ ਉਸ ਦੇ ਉੱਤੇ ਤੁਸੀਂ ਉਹਨਾਂ ਦੇ ਉਲਟ ਸਾਬਤ ਹੋਏ ਹੋ। ਦੂਸਰੀ ਗੱਲ, ਜੇ ਆਪਾਂ ਤੁਹਾਨੂੰ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਸਹੀ ਕੰਮ ਕਰੋ, ਦੇਖੋ ਜੀ, ਕਹਿਣ ਤਾਂ ਕੋਈ ਵੀ ਕੁਝ ਕਹਿ ਸਕਦਾ ਹੈ, ਜਮਹੂਰੀਅਤ ਦਾ ਸਭ ਨੂੰ ਬੋਲਣ ਦਾ ਅਧਿਕਾਰ ਹੈ, ਆਪਣੀ ਮਰਜ਼ੀ ਦਾ ਕੁਛ ਕਹਿ ਸਕਦਾ ਹੈ, ਪਰ ਜਦ ਤੱਕ ਸਵਾਲ ਸੱਚ ਦਾ ਹੈ ਨਾ, ਸੱਚ ਪਬਲਿਕ ਪੱਟੀ ਹਲਕਾ ਪੂਰਾ ਪੰਜਾਬ ਇਹ ਜਾਣਦਾ ਹੈ। ਪਿਛਲੇ ਸਮੇਂ ਅਕਾਲੀ ਸਰਕਾਰ ਸੀਗੀ, ਉਹ ਵੀ ਇਹ ਗੱਲ ਕਹਿ ਰਹੀ ਸੀ ਬੜੀ ਜ਼ੋਰ ਨਾਲ, ਪੰਜਾਬ ਵਿੱਚ ਨਸ਼ਾ ਨਹੀਂ ਹੈ, ਪੰਜਾਬ ਨੂੰ ਬਦਨਾਮ ਨਾ ਕਰੋ। ਤਾਂ ਉਦੋਂ ਵੀ ਅੰਕੜੇ ਜਿਹੜੇ ਆ ਕੱਢ ਕੇ ਸਾਹਮਣੇ ਜਾ ਕੇ ਰੱਖ ਦਿੱਤੇ ਸੀਗੇ, 40 ਲੱਖ ਦੇ ਕਰੀਬ ਜਿਹੜਾ ਸਾਡਾ ਬੱਚਾ ਪੰਜਾਬ ਦਾ ਨਸ਼ੇ ਤੋਂ ਪੀੜਿਤ ਹੈ, ਉਹਦੇ ਤਾਂ ਰਿਕਾਰਡ ਸੀ ਕਫਨਪੁਰ ਦਾ ਨਸ਼ਾ ਤੋਂ ਕਮਿਸ਼ਨ ਪੰਜਾਬ ਦਾ। ਅਕਾਲੀ ਦਲ ਦੀ ਸਰਕਾਰ ਆ ਉਹ ਵੀ ਹਾਰ ਦਾ ਵੱਡਾ ਕਾਰਨ ਜਿਹੜਾ ਹੈ ਉਹ ਪੰਜਾਬ ਵਿੱਚ ਹੈਰੋਇਨ ਸਮੈਪ ਜਾਨਲੇਵਾ ਨਸ਼ੇ ਮੁੱਖ ਮੁੱਦਾ ਰਹੇ ਨੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਦਾ ਕੋਟਕਾ ਸਾਹਿਬ ਫੜ ਕੇ। ਗਿੱਲ ਸਾਹਿਬ ਨੇ ਵੀ ਜਿਸ ਦਿਨ ਆਪਣਾ ਜਿੱਤ ਕੇ ਆਇਆ ਸੀ ਇਲੈਕਸ਼ਨ, ਉਦੋਂ ਵੀ ਮੈਂ ਸਾਰੇ ਉਹਨਾਂ ਕਿਹਾ ਸੀਗਾ ਕਿ ਅੱਜ ਦੀ ਰਾਤ ਦੇ 12 ਵਜੇ ਤੋਂ ਬਾਅਦ ਪੰਜਾਬ ਪੱਟੀ ਰੱਖੇ ਨਸ਼ਾ ਖਤਮ ਹੋ ਜਾਏਗਾ। ਕਹਿਣਾ ਅਤੇ ਕਰਨਾ ਇਹਦੇ ਵਿੱਚ ਕਾਫ਼ੀ ਅੰਤਰ ਹੈ। ਪੰਜਾਬ ਦੇ ਵਿੱਚ ਵੀ ਨਸ਼ਾ ਪੂਰੇ ਪੱਧਰ 'ਤੇ ਚੱਲ ਰਿਹਾ ਹੈ, ਪੱਟੀ ਵਿੱਚ ਵੀ ਨਸ਼ਾ ਜਿਹੜਾ ਉਹ ਚੱਲ ਰਿਹਾ, ਉਹਦੇ ਤੱਥਾਂ ਦੇ ਆਧਾਰ 'ਤੇ ਸਬੂਤ ਨੇ। ਆਹ 2-3 ਦਿਨ ਪਹਿਲਾਂ ਜਿਹੜੀ ਉਹ ਤਰਨ ਤਾਰਨ ਮੁੰਡੇ ਦੀ ਮੌਤ ਹੋਈ ਹੈ ਹੈਰੋਇਨ ਦੇ ਟੀਕੇ ਨਾਲ, ਲੋਹੜੀ ਵਾਲੇ ਦਿਨ ਪੱਟੀ ਕਾਜ਼ੀਆਂ ਵਾਲੇ ਚੌਂਕ 'ਚ ਹੋਈ ਹੈ। ਇਸੇ ਤਰ੍ਹਾਂ ਵੱਖ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਹਾਲਾਤ ਜਿਹੜੇ ਨੇ ਉਹ ਜੋ ਦੇ ਤਿਉਹ ਨੇ, ਕਹਿਣਾ ਕੁਛ ਅਤੇ ਕਰਨਾ ਕੁਛ ਜਿਹੜੀ ਆ ਉਹ ਨੀਤੀ ਜਿਹੜੀ ਆ ਸਰਕਾਰਾਂ ਦੀ ਪਹਿਲਾਂ ਵੀ ਰਹੀ ਹੈ ਅਤੇ ਮੈਂ ਸਮਝਦਾ ਅੱਜ ਵੀ ਹੋਈ ਆ, ਕੋਈ ਫਰਕ ਨਹੀਂ ਗਾ ਕਿਉਂਕਿ ਤੱਥਾਂ ਦੇ ਆਧਾਰ 'ਤੇ ਨੇ। ਕੀ ਕਾਰਨ ਹੈ ਕਿ ਜਿਹੜੇ ਨਿੱਕੇ ਨਿੱਕੇ ਕੁੜੀਆਂ 2-2, 4-4 ਪੀਣ ਵਾਲੇ ਜਿਹੜੇ ਉਹ ਫੜੇ ਜਾਂਦੇ ਨੇ, ਤਾਂ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹ ਨਹੀਂ ਫੜੇ ਜਾਂਦੇ? ਤਾਰ ਜੀ, ਲੋਕਾਂ ਨੂੰ ਜਿਹੜੀ ਕਾਂਗਰਸ ਦੇ ਆਪਣੇ ਮੌਜੂਦਾ MLA ਗਿੱਲ ਸਾਹਿਬ ਗੁੰਮਰਾਹ ਕਰ ਰਹੇ ਆ, ਨਸ਼ਾ ਤਾਂ ਅਕਾਲੀਆਂ ਦੇ ਸਰਕਾਰ ਨਾਲ ਵੱਧ ਗਿਆ। ਜਿਸ ਦਿਨ ਹੀ ਉਹਨਾਂ ਆਪਣੀ ਇੱਕ ਲਾਈਵ ਹੋ ਕੇ ਵੀਡੀਓ ਪਾਈ ਸੀ ਨੈੱਟ 'ਤੇ ਆਪਣੇ MLA ਸਾਹਿਬ ਨੇ, ਉਸੇ ਦਿਨ ਹੀ ਸਾਹਮਣੇ ਜਿਹੜੇ ਸ਼ਾਮੀ ਜਿਹੜਾ ਕਾਜ਼ੀਆਂ ਵਾਲੇ ਜਿਹੜੇ ਉਹ ਚੌਂਕ ਮੁੰਡੇ ਦੀ ਡੈਥ ਹੋਈ, ਉਹ ਵੀ ਇੰਜੈਕਸ਼ਨ ਲੱਗਣ ਨਾਲ ਹੋਈ ਹੈ। ਪੱਟੀ ਦੇ ਵਿੱਚ ਜਿਹੜਾ ਸਮੈਕ ਆ ਜਾਂ ਹੈਰੋਇਨ ਜਾਂ ਸਿੰਥੈਟਿਕ ਡਰੱਗ, ਉਹਦਾ ਤਾਂ ਹੈ ਹੀ ਹੈ। ਪੱਟੀ ਦੇ ਵਿੱਚ 2 ਨੰਬਰ ਦੀ ਸ਼ਰਾਬ ਬਹੁਤ ਵਿਕ ਰਹੀ ਆ, ਔਰ ਜਿਹੜੇ ਵਿਗ ਵੀ ਉਹਨਾਂ ਦੇ ਲਾਗੇ ਰਹੀ ਆ, ਜਿਹੜੇ ਇਹਨਾਂ ਦੇ ਮੌਜੂਦਾ ਲਾਗੇ ਪ੍ਰਧਾਨ ਨੇ ਉਹਨਾਂ ਦੇ ਘਰਾਂ ਲਾਗੇ, ਕਿ ਉਹਨਾਂ ਨੂੰ ਕੋਈ ਪੁਲਿਸ ਨਹੀਂ ਡੱਕਦੀ, ਕੋਈ ਫੜਦੀ ਨਹੀਂ, ਸਭ ਇਹਨਾਂ ਦੇ ਜਿਹੜੇ ਬੰਦੇ ਗਾੜੀ ਉਹਨਾਂ ਦੀ ਦੇਖ ਰੇਖ ਰਹੀ, ਸਾਰਾ ਕੰਮ ਹੋ ਰਿਹਾ। ਪੁਲਿਸ ਦੀ ਕਾਰਗੁਜ਼ਾਰੀ ਕੀ ਹੈ ਨਸ਼ੇ ਪ੍ਰਤੀ? ਵੀ ਪੁਲਿਸ ਦੀ ਕਾਰਗੁਜ਼ਾਰੀ ਤਾਂ ਮੈਂ 0 ਸਮਝਦਾ, ਕੋਈ ਵੀ ਕਿਤੇ ਵੀ ਜਦੋਂ ਪਤਾ ਲੱਗਦਾ, ਮੰਨ ਲਓ ਕੋਈ ਦੱਸਦਾ ਵੀ ਫਲਾਨੇ ਥਾਂ 'ਤੇ ਚੱਲ ਜਾਓ, ਉਦੋਂ ਮਾੜਾ ਮੋਟਾ ਉੱਥੇ ਜਿਵੇਂ ਜਾਂਦੇ ਆ ਅਤੇ ਉਹ ਵੀ ਲੈ ਦੇ ਕੇ ਉੱਥੇ ਛੱਡ ਦਿੰਦੇ ਆ। ਜਿਹੜਾ ਹਾਲੇ ਤੱਕ
कांग्रेस देखो कैप्टन साहब ने गुटका हाथ च फड़ के ते चौं हफ्तियां च नशा खत्म करन दी गल कही सी, पर अज दस महीने बीत जाण दे बावजूद भी नशा किन्नां नूं वधिया और एक भी वड्डा जिहड़ा समगलर एक भी गिल साहब जिद्दां बणे सी MLA और पट्टी गांधी साथ च उहनां बड़ा वधिया भाषण दित्ता सी ते उम्मीद जादी जागी सी लोकां नूं कि शायद कुछ वधिया आऊगा, पर अज दस महीने के बीतन के बावजूद भी पट्टी के जोड़े वो नशे के सौदागर आ शरेआम तुरे फिरते कोई उन्होंने हिड़क झिड़क नहीं पुलिस की ये कारगुजारी है तेरे सामने 80% तो फिर सिर्फ वाहिड आ रहे वाहिड आ रहे लोगों गुमराह कर रहे ते सामने रित नोज नवी अपने पट्टी हल्के जो नशे के नाल मौत हो रही। वेखो जी नशे की गल आ जी नशे जी विधायक हल्का विधायक कह रहे प्रेसीडेंट खत्म हो गया यहोजी हाल की घड़ी कोई गल नहीं नशा हाले ज्यों दी त्यों आ सारे जन के जिहड़े नौजवान पीढ़ी नशे की ग्रिफ्त आ चुकी आ सानू ये चाहिदा कि जो ये सरकार जन के वादा किया नशा खत्म करांगे जदों ये होंद चाही आ अज तक उस चीज़ का कोई इन्ना असर नहीं पिया। ये गल कहण नाल जां आपां सियासी लाह लैण वाली गल नहीं सानू इस मुद्दे ते सारयां नू इकट्ठे हो के नशे ते इकजुट हो के खात्मा करना चाहिए जिहड़ा ये नौजवान पीढ़ी का जन के नौजवान पीढ़ी नशे की ग्रिफ्त चों बचा सकीए। जिदन हलका विधायक ने यह गल कही सी भी 80% खत्म हो गया उदन ही कई चौं च मुंडा टीका लवा के मर गया उतों साबित हों कि आप ये बारे की कह सकते हैं। इस करके सोशल मीडिया से जो कुछ चल रहा वो सारी दुनिया देख रही आ किसी नूं दसण की लोड़ नहीं जां किसी नूं कहण की लोड़ नहीं नित रोज़ ही एवरीडे यानी कि रोज़ पै रहे सोशल मीडिया से कि यानी कि नशा फलाने थां हो गया फलाने थां हो गया जां फलाना फड़िया गया। ये अकाली जां कांग्रेसी का मतलब नहीं ये नौजवान पीढ़ी को बचाने का मतलब है नौजवान पीढ़ी आप कि बचा सकते हैं तो आप रल मिल के एक दूजे का साथ दे के नशे का खात्मा करके नौजवान पीढ़ी को खेडों वाले बन्ने या होर जानवे लाइए ना कि एक दूजे ना सोशल मीडिया से बहस करिए। तो सत श्रीकाल मैं हरमिंदर सिंह MLA पट्टी हल्के तो पिछले दिन कुछ मेरे दोस्तों ने मैं देखा कि सुरिंदरप्रीत सिंह घरियाला ने कोई वीडियो वायरल की पट्टी के हालात बारे पट्टी के नशे के कारोबार बारे मैं बड़ा चंगा लग्या है कि साढ़े भी बेशक साडा घरियाला पिंड साढ़े हल्के नहीं रहा पर उन्होंने पट्टी हल्के का फिक्र है कि पट्टी हल्के सब कुछ ठीक ठाक रहना चाहिए और मैं बिल्कुल तुहाडियां गल्लां नाल सहमत हाँ कि तुसीं पंजाब पट्टी दे विचों नशे नूं खत्म करन वास्ते अपनी चिंता जताई है और मैं तुहाडे नाल 100% सहमत हुंदा होया जिहड़ी गल तुसीं कीती है कि जदों मैं इलैक्शन जित्तिया सी गांधी साथ विच आण के जिहड़ियां मैं गल्लां लोकां नाल वादे कीते सी मैं अज वी उहनां वादिआं दे खलोता हां। पट्टी हल्के में तुसी एक गली की गल की है कि वार्ड नंबर 4 वार्ड नंबर 6 बेदी वाली गली में उत्थे नशे विकते हैं ये तुहाडी बिल्कुल गल सही हो सकती पर मैं ये कहना चाहना है कि पट्टी हल्के की एक गली नहीं पट्टी शहर की कली कली गली में नशे विकते सी उत्थे लोग तकड़ी कंडे लैके बैठे सी ते आराम नाल उन्होंने कोई पुछदा नहीं सी एक पुलिस का ते पोलिटिकल लोगों का नैक्सस बनिया होया सी और लोगों नूं शरेआम खुद सी कि जो मर्जी इत्थे जहर का व्यापार करते सी और जिहड़े जहर के व्यापार करन करके साढ़े पिछले 10 सालों के कल्ले पट्टी हल्के दे 1800 नौजवान मौत की घात उतर गया। मैं उन्हां लोगों के घरां विच जाके दुख अफसोस करता रहा और मैनूं इहो जिहे घर भी पता जिन्हां घरां दे दो दो मुंडे कई घरां दे तीन तीन मुंडे जिहड़े आ नशे दे फेटा चढ़ गए और मैं दसना चाहुंदा कि नशियां वाला एक मुद्दा है जिहड़ा साडा सब तों अहम मुद्दा है और उहदे विच पिछले 9 महीनों के असीं दब के काम किया और मैं पट्टी विधानसभा हल्के के 4 थाने पेंदे ने साडे DSP साहब पेंदे ने और मैं उपर STF वाले नाल गल करके और कोशिश कीती है कि डे टू डे मोनिटरिंग करां भी किहड़ा बंदा किहड़ी थां तों कित्थों कुड़ी लैके आउंदा और मेरी उहनां लोकां नाल सारिआं नाल मावां नाल भैणां नाल लोकां नाल हर एक नाल संपर्क है जिहड़े पीड़ित ने नशियां तों जिन्हां दे परिवारां दे बच्चे पीड़ित ने मैनूं उहनां नाल लोकां नाल सारिआं नाल संपर्क है मैं उहनां नाल सदा राबते विच रहिंदा उहनां दीआं दुख तकलीफां सुणदा रहिंदा और मैनूं जिथे भी पता लग्गिआ और मैं नहीं कहिंदा कि मैं 100% कामयाब हो गया पर मैं घट्टो घट्ट ये गल दावे नाल कह सकदा 80% मैं कामयाब जरूर होया। ये पट्टी एक हलका है जिथे नशियां दे मुद्दे नूं लैके एक थाने दे SHO नूं फड़ के जेल विच भेजिआ उहनूं डिसमिसल दा उहदे आर्डर कीते ने उत्ते परचा दर्ज कीता है नहीं तां इत्थे पट्टी दे हालात ये सी कि इत्थे समैक पीण वाले भी SHO लगे रहे आ नशियां दे धंधे विच लोगों नूं उत्साहित करन वाले भी लोग लगे रहे आ और पट्टी दे विच मैं ये नहीं कहिंदा कि कि पार्टी नाल संबंधित कौन की करदा है
मैं समझना है कि नशा बेचने वाला भावे अकाली दल संबंधित हो भावे कांग्रेस संबंधित हो भावे किसी संबंधित हो नशे बेचने की किसी इजाजत नहीं दी जाएगी। ये नहीं कि अच्छ असी किसी अकाली दल संबंधित तस्कर पकड़ के अंदर कर दिए ते मैं कांग्रेस वाले को देवगा। मैं इस गल के सख्त खिलाफ हाँ कि सीनियर तो सीनियर बंदा भी साड़ी पार्टी का भावे इस गल मैं दिप्त पाया गया वो खिलाफ कार्रवाई की जाएगी। और मैं इतों तक कि पुलिस वाले ये गल कही है कि जे कोई तुहानू ये गल लगती है कि मेरी गड्डी दे विच कोई नशा बेचने वाला तुहानू नशा नशे की पुड़ी पा के जेब च बैठा लगता है भावे मेरी गड्डी चो ला लो मैं किसी की मदद नहीं करूंगा। और मैं एक गल मैं तसली है कि पट्टी हल्के मैं पुलिस अफसरों को पुछता रहना है नशे वाले की कोई मदद नहीं करता नशा बेचने वाले की कोई मदद नहीं करता। मैं पुलिस अफसरों को बुला बुला के कहा कि तुम बेशक पैसे का लैन देन बेशक जिम्मे मर्जी चलता होगा पर जेड़ा कोई बंदा नशे बेचने वाले को पैसे लेगा समझो अपने बच्चों के मुंह जहर दियां पुड़ियां पावेगा। इस करके पट्टी दे विच बहुत धड़ल्लेदार तरीके इस इशू से लगे हैं। और मैं सारे भरावों को बेनती करांगा कि जिहदे कोले भी कोई लीड मिलती है जिन्हों भी कोई ना कोई सूह मिलती है जिन्हों भी पता लगता है कि फलानी नुक्कर दे विच फलाना बंदा करता है जिहड़ी तुसीं गल कही सी कि वार्ड नंबर 4 वार्ड नंबर 6 असीं बड़ी डुंगियाई तक गए हैं और उस गल नूं असीं प्लग कीता है जिहड़े लोग पता लगता हौली हौली कई बार बंदिया का फलाना फलाना बंदा और वो कोई बंदे ना किसी ना कोई लिहाज नहीं करना।